ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਹੈ ਜੀ ਸਾਰਿਆਂ ਦਾ। ਉਮੀਦ ਕਰਦਾ ਸਾਰੇ ਜਾਣੇ ਠੀਕ ਹੋਗੇ। ਸੋ ਸਵਾਗਤ ਹੈ ਜੀ ਅੱਜ ਦੇ ਨਵੇਂ ਵਲੋਗ 'ਚ। ਅਤੇ ਵਲੋਗ ਜਿਹੜਾ ਦੁਪਹਿਰੇ ਸ਼ੁਰੂ ਕੀਤਾ ਆ ਆਪਾਂ, ਯਾਰ ਕੰਮ ਬਹੁਤ ਸੀ ਅੱਜ ਘਰ ਦੇ। ਇੱਕ ਤਾਂ ਯਾਰ ਮੇਰੇ ਨਿਆਣੇ ਦੋਵੇਂ ਬਿਮਾਰ ਹੋ ਗਏ ਸੀਗੇ, ਉਹਨਾਂ ਨੂੰ ਦਵਾਈ ਦਵੂਈ ਦਵਾ ਕੇ ਤਾਂ ਘਰ ਛੱਡ ਕੇ ਹੁਣ ਮੈਂ ਨਿਕਲਿਆ ਸੀਗਾ। ਅਤੇ ਦੂਜੀ ਗੱਲ, ਅੱਜ ਗਰਮੀ ਮਤਲਬ ਧੁੱਪ ਨਿਕਲੀ ਤਾਂ ਗਰਮੀ ਲੱਗਣ ਲੱਗ ਗਈ। ਮੈਂ ਪਹਿਲਾਂ ਜੈਕਟ ਜੁਕਟ ਪਾਈ, ਹੁਣ ਮੈਂ ਨਾ ਇੱਕ ਵਾਰੀ ਵਾਪਸ ਦੁਬਾਰਾ ਘਰ ਚੱਲਿਆ ਆ, ਪਹਿਲਾਂ ਉਹਨਾਂ ਨੂੰ ਛੱਡ ਕੇ। ਅਤੇ ਮੈਂ ਚੱਲ ਗਿਆ ਸੀ ਕੰਮ ਥੋੜ੍ਹਾ ਜਿਹਾ, ਪਰ ਹੁਣ ਮੈਨੂੰ ਗਰਮੀ ਬਹੁਤ ਲੱਗੀ, ਮੈਂ ਜੈਕਟ ਸਾਈਡ 'ਤੇ ਲਾਹਤੀ, ਹੁਣ ਟੋਪੀ ਦੂਜੀ ਪਾ ਕੇ ਫਿਰ ਚੱਲਦੇ ਹਾਂ ਜੀ ਦੁਕਾਨ ਵੱਲ ਨੂੰ। ਅਤੇ ਆਲਰੇਡੀ ਮੈਂ ਬਹੁਤ ਲੇਟ ਹੋ ਗਿਆ ਆ, ਟਾਈਮ 1:30 ਵੱਜ ਗਿਆ ਆ। ਅਤੇ ਟੂ ਵੀ ਪਹਿਲਾਂ ਹੀ ਮੈਂ ਤੁਹਾਨੂੰ ਇੱਕ ਪੁਆਇੰਟ ਕਲੀਅਰ ਕਰਾਂ, ਇੱਕ ਤਾਂ ਵੀਰਾਂ ਦੇ ਕਮੈਂਟ ਮਤਲਬ ਉਹ ਆਏ ਸੀਗੇ ਮੈਸੇਜ ਕਿ ਆਰਟੀਆ ਬਾਈ ਕਿੰਨੇ ਦੀ ਐਵਰੇਜ ਦਿੰਦੀ ਆ। ਮੈਂ ਬਾਈਆਂ ਨੂੰ ਦੱਸਿਆ, ਮੈਂ ਕਿਹਾ ਵੀ 14 ਦੀ ਐਵਰੇਜ ਦਿੰਦੀ ਆ ਆਪਾਂ ਨੂੰ ਤਾਂ, ਠੀਕ ਹੈ ਬਾਈ। ਬੰਦੇ ਨਾ ਮੰਨੇ ਨਹੀਂ, ਕਹਿੰਦੇ ਨਹੀਂ ਨਹੀਂ ਇਹ ਪੈਟਰੋਲ ਐਡੀਸ਼ਨ ਹੈ ਬਾਬੇ ਮੇਰੇ ਕੋਲ, ਠੀਕ ਹੈ ਇਹ 14 ਐਵਰੇਜ ਦਿੰਦੀ ਆ 14 ਦੀ ਮਸਾਂ ਹੀ, ਠੀਕ ਹੈ। ਮੈਨੂੰ ਤਾਂ 14 ਦੀ ਵੀ ਨਹੀਂ ਲੱਗਦੀ, ਜਿਸ ਹਿਸਾਬ ਨਾਲ ਮੀਟਰ 'ਤੇ ਤੇਲ ਖਾਂਦੀ ਹੈ ਨਾ ਇਹ, 14 ਦੀ ਵੀ ਨਹੀਂ ਲੱਗਦੀ। ਪਰ ਓਵਰਆਲ ਗੱਡੀ ਵਧੀਆ ਆ, ਫੀਚਰ ਫੂਚਰ ਸੋਹਣੇ ਆ, ਚੱਲ 7 ਬੰਦੇ ਬਹਿ ਕੇ ਚੱਲ ਚੁੱਲ ਜਾਂਦੇ ਆ, ਬਾਕੀ ਸੇਫਟੀ ਵਾਈਜ਼ ਤਾਂ ਇਹੋ ਜਿਹਾ ਹੀ ਆ ਕੰਮ, ਠੀਕ ਹੈ ਉਹ ਤੁਹਾਨੂੰ ਪਤਾ ਹੀ ਆ ਮਰੂਤੀ ਦਾ, ਠੀਕ ਹੈ। ਅਤੇ ਬਾਕੀ ਫਿਲਹਾਲ ਆਪਾਂ ਕਰੋਸਿੰਗ ਕਰ ਲਈਏ, ਕਰੋਸਿੰਗ ਲਓ ਜੀ। ਬਾਬੇ ਇਹ ਬਾਹਲਾ ਹੀ ਖਤਰਨਾਕ ਹੈ ਮੋੜ, ਸੁਲਤਾਨਪੁਰ ਚੌਂਕ ਕਹਿੰਦੇ ਆ ਇਹਨੂੰ। ਅਤੇ ਮਾਮਾ ਗੱਡੀ ਲਾਤੀ, ਇਹ ਦਿਖਣ ਕੱਖ ਨਹੀਂ ਡਿਆ। ਬੱਲਾ ਬੱਲਾ ਬੱਲਾ, ਹੌਲੀ ਬਾਬੇ ਹੌਲੀ। ਇੱਥੇ ਮੋੜ 'ਤੇ ਆ ਗਏ ਨਾ, ਸਗੋਂ ਹੋਰ ਤੇਜ਼ ਕਰ ਲੈਂਦੇ ਆ ਲੋਕ। ਅਦੇ ਬੱਸ ਵਾਲਿਆਂ ਨੂੰ ਦੇਖਿਓ, ਆਹ ਦੇ ਦੇਖੋ ਮਾਮਾ ਮੇਰੀ ਗੱਡੀ ਵੀ ਹਿਲਾਤੀ ਪੂਰੀ। ਇਸ ਚੌਂਕ 'ਤੇ ਆ ਕੇ ਪਤਾ ਨਹੀਂ ਕੀ ਚੱਕਰ ਆ, ਬੰਦੇ ਨਾ ਪਿੱਛਿਓ ਸਲੋਅ ਆਉਂਦੇ ਆ, ਅਤੇ ਬਸ ਕਾਕੜੂ ਪਿੱਛੇ ਪਿੰਡ ਪੈਂਦਾ, ਕਾਕੜੂ ਤੋਂ ਰੇਸ ਹੋਰ ਦੇ ਦੇਣਗੇ, ਪਤਾ ਆ ਵੀ ਚੌਂਕ ਆਉਣ ਵਾਲਾ ਆ, ਅਤੇ ਪਹਿਲਾਂ ਅਸੀਂ ਨਿਕਲ ਜਾਈਏ, ਇਹ ਨਾ ਹੋਵੇ ਕੋਈ ਹੋਰ ਨਿਕਲ ਜੇ। ਪਰ ਕਿੰਨਾ ਕੁ ਫਰਕ ਪੈਂਦਾ ਯਾਰ, 2-4 ਸੈਕਿੰਡ ਦੀ ਗੇਮ ਹੁੰਦੀ ਆ ਸਾਰੀ। ਅਤੇ ਫਿਲਹਾਲ ਆਪਾਂ ਐਂ ਕਰਦੇ ਹਾਂ, ਘਰ ਪਹੁੰਚਦੇ ਹਾਂ ਅਤੇ ਟੋਪੀ ਚੇਂਜ ਕਰਕੇ ਫਿਰ ਮਿਲਦੇ ਹਾਂ ਤੁਹਾਨੂੰ। ਹਾਂਜੀ ਬਾਬੇ, ਸੋ ਸ਼ਹਿਰ ਤੋਂ ਵਾਪਸ ਆ ਗਿਆ ਸੀਗਾ, ਖੇਤਾਂ 'ਚ ਬੈਠੇ ਸੀਗੇ, ਥੋੜ੍ਹਾ ਜਿਹਾ ਪਾਣੀ ਪੂਣੀ ਲਾਇਆ ਇੱਧਰ ਕਣਕ ਨੂੰ, ਆਪਾਂ ਕੱਲ੍ਹ ਤੋਂ ਸ਼ੁਰੂ ਕਰਾਂਗੇ। ਅਤੇ ਬਾ ਹੁਣ ਚੱਲੇ ਸੀ ਦੁਕਾਨ ਵੱਲ ਨੂੰ, ਜਾ ਕੇ ਟਰੈਕਟਰ ਕੱਢਦੇ ਹਾਂ ਅਤੇ ਉਹਦਾ ਕੰਮ ਸ਼ੁਰੂ ਕਰਦੇ ਹਾਂ। ਵੈਸੇ ਹੈ ਤਾਂ ਮੈਂ ਲੇਟ ਹੀ ਹਾਂ, ਬਾਕੀ ਆਪਣੇ ਕੰਮ ਵੀ ਲੇਟ ਹੀ ਸ਼ੁਰੂ ਹੁੰਦੇ ਆ। ਅਤੇ ਚਲੋ ਹੁਣ ਚੱਲਦੇ ਹਾਂ ਉੱਥੇ, ਨਾਲੇ ਟਰੈਕਟਰ ਕੱਢਾਂਗੇ ਤੁਹਾਨੂੰ ਦਿਖਾਵਾਂਗੇ। ਲਓ ਜੀ 26 ਜਨਵਰੀ ਦੀ ਟਰੈਕਟਰ ਪਰੇਡ ਨਿਕਲ ਰਹੀ ਆ ਆਪਣੇ ਰੋਡ ਤੋਂ, ਮੈਂ ਥੋੜ੍ਹਾ ਜਿਹਾ ਲੇਟ ਹੋ ਗਿਆ, ਅੱਧੇ ਟਰੈਕਟਰ ਤੋਂ ਅੱਗੇ ਲੰਘ ਗਏ। ਆਹ ਲਓ ਜੀ ਕਰੋ ਚੈੱਕ, ਲਓ ਜੀ ਹੈਂ ਇਹ ਮੈਸੀ ਸਮਾਰਟ ਸੀਰੀਜ਼, ਆਪਣੇ ਇੱਧਰ ਨਹੀਂ ਹੈਗਾ ਪਰਲੇ ਏਰੀਏ 'ਚ ਹੈ ਨਾ, ਦੇਖਣ ਨੂੰ ਵੀ ਉੱਧਰ ਹੀ ਮਿਲਦਾ ਜ਼ਿਆਦਾ। ਲਓ ਜੀ ਹਲੇ ਆਈ ਜਾਂਦੇ ਆ ਟਰੈਕਟਰ ਬਥੇਰੇ ਆ ਮੇਰੇ ਹਿਸਾਬ ਨਾਲ। ਲਓ ਜੀ ਹੈਂ ਬਾਬੇ ਨੇ ਹੋਰ ਰੇ ਦੇ ਦਿੱਤੀ, ਆਹੋ ਚਲੋ ਹੋ ਗਏ ਜੀ ਆਈ ਜਾਂਦੇ। ਚਲੋ ਵੀਡੀਓ ਐਵੇਂ ਲੰਬੀ ਹੋ ਜਾਣੀ ਕੋਈ ਫਾਇਦਾ ਨਹੀਂ, ਬਹੁਤ ਆ ਟਰੈਕਟਰ ਕਾਫੀ ਅੱਗੇ ਲੰਘ ਗਿਆ, ਸੋ ਆਪਾਂ ਲੈ ਕੇ ਆਏ ਜੀ ਆਪਣੇ ਟਰੈਕਟਰ ਨੂੰ, ਠੀਕ ਹੈ। ਚੱਲ ਬਾਈ ਬਾਹਲਾ ਹੀ ਗੰਦਾ ਜਿਹਾ ਹੋ ਗਿਆ, ਇੱਥੇ ਐਂ ਕਰਦੇ ਨਾਲੇ ਤਾਂ ਹਲਕਾ ਹਲਕਾ ਪਾਣੀ ਮਾਰਦੇ ਹਾਂ, ਬਲੋਰ ਮਾਰ ਕੇ ਕੱਪੜਾ ਮਾਰਦੇ ਹਾਂ, ਅਤੇ ਨਾਲੇ ਆ ਲਾਈਟਾਂ ਖੋਲਦੇ ਹਾਂ ਇਹਦੀਆਂ। ਇਹ ਤਾਂ ਕੁਛ ਨਹੀਂ ਪਤਾ ਲੱਗ ਰਿਹਾ ਇਹਦੇ ਨਾਲ ਕੀ ਹੋ ਰਿਹਾ ਵਿਚਾਰੇ ਨਾਲ, ਸੋ ਆਪਾਂ ਖੋਲਦੇ ਹਾਂ ਇਹਦੀਆਂ ਲਾਈਟਾਂ ਲੁੱਟਾਂ, ਠੀਕ ਹੈ ਲਾਈਟਾਂ ਖੋਲ ਕੇ ਅਤੇ ਫਿਰ ਦੇਖਦੇ ਹਾਂ ਸਮਾਂ ਸਮਾਨ ਸਮੂਨ ਕਰਦੇ ਹਾਂ ਸਹੀ, ਇਹਨੂੰ ਜੋ ਵੀ ਕਰਨ ਵਾਲਾ ਆ।
ਲਓ ਮਿੱਤਰੋ, ਆਉਂਦੇ ਹੀ ਆਪਾਂ ਲਾਈਟਾਂ ਖੋਲਤੀਆਂ, ਠੀਕ ਹੈ, ਚਾਰੋਂ ਖੁੱਲ ਗਈਆਂ ਆ, ਬਸ ਲੋਕ ਖੋਲ ਕੇ ਕੱਢਣੀਆਂ ਹੀ ਆ ਬਸ, ਠੀਕ ਹੈ, ਆਹ ਕਰੋ ਚੈੱਕ, ਠੀਕ ਹੈ, ਇਹ ਨਿਕਲ ਜਾਣੀਆਂ। ਬਾਬੇ ਇੱਕ ਚੀਜ਼ ਹੋਰ ਮੈਂ ਤੁਹਾਨੂੰ ਦੱਸਦਾ, ਜਿਹਨਾਂ ਨੇ ਫੈਰਨ ਟਰੈਕ ਦੀਆਂ ਲਾਈਟਾਂ ਲਾਉਣੀਆਂ ਡਾਇਰੈਕਟ ਫਿਟਮੈਂਟ 'ਚ ਆ ਜਾਂਦੀਆਂ, ਕੋਈ ਵੀ ਚੀਜ਼ ਚੇਂਜ ਕਰਨ ਦੀ ਲੋੜ ਨਹੀਂ ਪੈਂਦੀ, ਠੀਕ ਹੈ। ਅਤੇ ਬਾਕੀ ਹੁਣ ਤੁਸੀਂ ਕਮੈਂਟ ਕਰਕੇ ਇਹ ਦੱਸਿਓ ਵੀ ਇੱਥੇ ਕਿਹੜੀਆਂ ਲਾਈਟਾਂ ਲਾਈਏ, ਜੌਂਡੀਅਰ ਦੀਆਂ ਓਰੀਜਨਲ ਲਾਈਏ ਜਾਂ ਫਾਰਮ ਟਰੈਕ ਵਾਲੀਆਂ ਲਾਈਏ ਜਾਂ ਕੋਈ ਹੋਰ ਜਿਹੜੀਆਂ ਵੀ ਤੁਹਾਡੇ ਦਿਮਾਗ 'ਚ ਹੋਵੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ, ਠੀਕ ਹੈ। ਇਹ ਤਾਂ ਹੋ ਗਿਆ ਕੰਮ ਡਨ, ਆਪਾਂ ਲਾਈਟਾਂ ਖੋਲਤੀਆਂ ਆ। ਮੈਂ ਤਾਂ ਹੀ ਰੋਕਿਆ, ਮੈਂ ਕਿਹਾ ਪਹਿਲਾਂ ਪਾਣੀ ਪੂਣੀ ਮਾਰ ਲੱਗਾ ਸੀ, ਮੈਂ ਕਿਹਾ ਪਹਿਲਾਂ ਲਾਈਟਾਂ ਖੋਲ ਲਈਏ, ਲਾਈਟਾਂ ਖੋਲਣ ਤੋਂ ਬਾਅਦ ਸ਼ੋਅ ਸਿੱਧੀ ਕਰ ਲਈਏ, ਸੋ ਥੋੜ੍ਹੀ ਜਿਹੀ ਪਿੱਛੇ ਨੂੰ ਕਰਕੇ ਟਾਈਟ ਹੋਣੀ ਹੈ ਇਹਦੀ, ਠੀਕ ਹੈ। ਅਤੇ ਮੈਂ ਕਿਹਾ ਛੋਟੇ ਛੋਟੇ ਕੰਮ ਜਿਹੜੇ ਵੀ ਕਰਨ ਵਾਲੇ ਆਪਾਂ ਇਹ ਕਰ ਲਈਏ, ਉਸ ਤੋਂ ਬਾਅਦ ਜਿਹੜਾ ਆ ਫਿਰ ਇਹਨੂੰ ਪਾਣੀ ਜਿਹਾ ਲਾ ਕੇ ਕੱਪੜਾ ਕੁੱਪੜਾ ਮਾਰ ਕੇ ਖੜਾਵਾਂਗੇ, ਠੀਕ ਹੈ। ਅਤੇ ਹਰਾ ਪੇਂਟ ਵੀ ਲਿਆਵਾਂਗੇ, ਹਰਾ ਪੇਂਟ ਮਾਰਨਾ ਇਹਦੇ ਸਾਰੇ ਕਿਤੇ ਨਾ, ਅਤੇ ਨਹੀਂ ਫਿਰ ਦੇਖਦੇ ਹਾਂ। ਹਾਂ ਇਹ ਜੰਮਿਆ ਪਿਆ ਸਾਰਾ, ਮੈਂ ਦੇਖ ਲਿਆ ਸੀ, ਬੁਰਾ ਹਾਲ ਹੋਇਆ ਪਿਆ। ਹਾਂ ਨਾ ਪਲੱਗ ਜੌਂਡੀਅਰ ਵਾਲੇ ਇਹ ਸੰਭਾਲਣੀਆਂ ਲਾਈਟਾਂ, ਠੀਕ ਹੈ, ਇਹ ਪਲੱਗ ਜੌਂਡੀਅਰ ਵਾਲੇ ਖੋਲਣੇ ਪੈਣੇ ਆਪਾਂ। ਹਾਂਜੀ ਆਹੋ ਆਹੋ, ਅਤੇ ਬਾਬੇ ਇਹਨੂੰ ਪੈਂਟਰ ਕੋਲ ਵੀ ਲੈ ਕੇ ਚੱਲਦੇ, ਉਹ ਤੋਂ ਐਸਟੀਮੇਟ ਲੈ ਕੇ ਆਉਂਦੇ ਹਾਂ ਵੀ ਕਿੰਨੇ ਦਿਨ 'ਚ ਦਊਗਾ, ਅਤੇ ਉਹਨੂੰ ਕੰਮ ਸਮਝਾ ਕੇ ਆਵਾਂਗੇ ਕਿੱਦਾਂ ਕਰਨਾ ਕਿੱਦਾਂ ਨਹੀਂ, ਕਿਉਂਕਿ ਹੁਣ ਤਾਂ ਯਾਰ ਬਾਹਲੀ ਹਾਲਤ ਮਾੜੀ ਹੋਣ ਲੱਗ ਗਈ, ਆਹ ਦੇਖੋ ਬਹੁਤ ਹੀ ਕਹਿਣਾ ਵੀ ਵਿਗੜ ਗਿਆ, ਪਰ ਜੌਂਡੀਅਰ ਦੀ ਕਰਤੂਤ ਸਹੀ ਨਹੀਂ ਆ ਪੇਂਟ ਵਾਲੀ। ਆਏ ਓਏ ਸਿਰ ਵੱਜਿਆ ਹੀ ਬੜੀ ਜ਼ੋਰ ਦੀ, ਵੈਂ ਜੋ ਬੰਦੇ ਸਾਡੇ ਨੇ ਸੱਟ ਖਾ ਲਈ। ਅਤੇ ਬਾਕੀ ਆਹੋ ਇੱਧਰ ਕਰੋ ਚੈੱਕ, ਟੈਲਰ ਚਮਕਦੇ, ਇਹਨਾਂ ਦੇ ਜੰਗ ਲੱਗ ਗਿਆ ਸੀਗਾ, ਹੁਣ ਇਹਨਾਂ ਨੇ ਚੰਗੀ ਤਰ੍ਹਾਂ ਵੀਲ ਲਾ ਕੇ ਚਮਕਾ ਦੇਣਾ ਇਹਨੂੰ। ਆਹ ਲਓ ਜੀ ਇੱਕ ਲਾਈਟ ਨਿਕਲ ਗਈ ਆਪਣੀ, ਹੁਣ ਦੂਜੀ ਕੱਢਾਂਗੇ, ਠੀਕ ਹੈ। ਥੱਲੇ ਦੇਖੋ ਕੀ ਕੁਛ ਜੰਮਿਆ ਆ, ਆਹ ਵਾਲੇ ਅਗਲੀਆਂ ਲਾਈਟਾਂ ਦੇ ਨਟ ਜ਼ਿਆਦਾ ਲੰਬੇ ਆ, ਨਜਾਇਜ਼ ਲੰਬੇ ਆ ਇਹਦੇ, ਨਾ ਇਹ ਵੱਢ ਕੇ ਜੇ ਅਗਲੇ ਲੰਬੇ ਆਏ ਨਾ ਹੋਰ ਜਿਹੜੀ ਵੀ ਲਾਈਟ ਲਾਉਣੀ ਆਪਾਂ ਜੇ ਫਾਰਮ ਟਰੈਕ ਦੀ ਓਰੀਜਨਲ ਲਾਉਣੀ ਆ ਤਾਂ ਲੰਬੇ ਲਾਉ ਕੱਟ ਦਾਂਗੇ ਇਹਨਾਂ ਨੂੰ। ਫਿਰ ਇਹ ਕਿਹਦਾ ਸਮਾਨ ਲੈ ਕੇ ਆਉਣਾ, ਇਹਦਾ ਲਿੰਕ ਦੀ ਇੱਧਰ ਵਾਲੀ ਉਹ ਡਿੱਗੀ ਗੁੱਲੀ ਜੀ, ਠੀਕ ਹੈ, ਉੱਧਰ ਵਾਲੀ ਹੈਗੀ ਆ, ਉਹਦੀ ਚੇਨ ਲਾਉਣੀ ਆ, ਇਹਨਾਂ 'ਤੇ ਵੀ ਸੈਟਿੰਗ ਵੈਟਿੰਗ ਕਰਨੀ ਹੈ ਇਹਦੀ। ਇੱਕ ਆਪਾਂ ਆਰ ਓ ਪੀ ਐਸ ਦੇ ਜਿਹੜੇ ਚਾਰ ਨਟ ਇੱਧਰ ਚਾਰ ਇੱਧਰ ਆ, ਇਹ ਵੀ ਲੰਬੇ ਪਾਉਣੇ ਆ ਲਿਆ ਕੇ, ਇਹ ਛੋਟੇ ਆ ਨਟ, ਇਹ 1.5 ਇੰਚੀ ਲੰਬੇ ਆਉਣੇ ਆ, ਠੀਕ ਹੈ। ਅਤੇ ਇਹ ਕੁਛ ਕੰਮ ਆ ਫਿਲਹਾਲ ਇਹਦਾ, ਮੈਂ ਕਿਹਾ ਛੋਟਾ ਛੋਟਾ ਛੇੜਦੇ ਹਾਂ ਯਾਰ ਤਾਂ ਹੀ ਨਿਬੜੂਗਾ, ਠੀਕ, ਨਹੀਂ ਤਾਂ ਯਾਰ ਇੱਦਾਂ ਫਿਰ ਤੁਹਾਨੂੰ ਪਤਾ ਯਾਰ ਪ੍ਰੋਬਲਮ ਹੀ ਆ, ਇੱਕਦਮ ਇਕੱਠਾ ਕੰਮ ਤਾਂ ਫਿਰ ਦਿੱਕਤ ਪੈ ਜਾਂਦੀ ਹੈ, ਕਿਉਂਕਿ ਉੱਧਰੋਂ ਵੀਰ ਭਰਾਵਾਂ ਦੇ ਵੀ ਕੰਮ ਕਰਨ ਵਾਲੇ ਹੁੰਦੇ ਆ, ਅਤੇ ਇੱਧਰ ਫਿਰ ਦਿੱਕਤ ਪੈ ਜਾਂਦੀ ਸਾਰੀ। ਲਓ ਵੀ ਮਿੱਤਰੋ, ਜਦੋਂ ਨਾ ਆਪਾਂ ਲਾਈਟਾਂ ਲੂਟਾਂ ਖੋਲਦੇ ਹਾਂ ਜਾਂ ਕੋਈ ਵੀ ਵਾਇਰਿੰਗ ਖੋਲਦੇ ਹਾਂ, ਕੋਈ ਚੀਜ਼ ਰਿਮੂਵ ਕਰਦੇ ਹਾਂ, ਉਹਦੇ ਜਿਹੜੇ ਪਲੱਗ ਹੁੰਦੇ ਆ ਨਾ ਇਹਨਾਂ 'ਤੇ ਵਧੀਆ ਤਰੀਕੇ ਨਾਲ ਟੇਪ ਟੂਪ ਮਾਰ ਦਿਆ ਕਰੋ, ਠੀਕ ਹੈ, ਕਿਉਂਕਿ ਜੇ ਟੇਪ ਨਹੀਂ ਮਾਰਾਂਗੇ ਇਹਨਾਂ ਦੀ ਜਾਂ ਤਾਂ ਰਬੜਾ ਰੁਬੜਾ ਡਿੱਗ ਗਈਆਂ ਫਿਰ ਪ੍ਰੋਬਲਮ ਆ, ਇਹਨਾਂ 'ਚ ਗੰਦ ਗੁੰਦ ਫਸ ਗਿਆ ਫਿਰ ਪ੍ਰੋਬਲਮ ਆ, ਮੌਕੇ 'ਤੇ ਕਦੀ ਕੋਈ ਸਪਰੇਅ ਮਾਰੋ ਕੁਛ ਮਾਰੋ, ਠੀਕ ਹੈ। ਸੋ ਇਸ ਤੋਂ ਪਹਿਲਾਂ ਹੀ ਆਪਣਾ ਇਹਨਾਂ ਦੇ ਜਿਹੜਾ ਆ ਟੇਪ ਟੂਪ ਮਾਰ ਦਿਆ ਕਰੋ, ਤਾਂ ਕਿ ਇਹ ਪ੍ਰੋਬਲਮ ਨਹੀਂ ਆਉਂਦੀ ਫਿਰ। ਅਤੇ ਹੁਣ ਆਪਾਂ ਸੋਚਣ ਡੇ ਵੀ ਇਹ ਕੰਮ ਹੋ ਗਿਆ, ਹੁਣ ਨੈਕਸਟ ਕਰਦੇ ਹਾਂ, ਛੋਟੇ ਛੋਟੇ ਕੰਮ ਬਥੇਰੇ ਆ ਇਹਦੇ, ਠੀਕ ਹੈ, ਮਰਗਾੜ ਖੋਲ੍ਹਣੇ ਆ, ਅਤੇ ਪਹਿਲਾਂ ਤਾਂ ਪੇਂਟਰ ਤੋਂ ਆਈਡੀਆ ਲੈ ਕੇ ਆਵਾਂਗੇ, ਇਹ ਟਾਈਮ ਨਾਲ ਹੀ ਪੇਂਟ ਕਰਾਉਣੇ ਪੈਣੇ, ਸੜਨ ਲੱਗ ਗਿਆ ਹਿਸਾਬ ਕਿਤਾਬ, ਦੇਖੋ ਆਹ ਦੇਖੋ ਪੂਰੀ ਤਰੇੜ ਜੀ ਆ ਗਈ, ਮੈਂ ਪੇਚਕਸ ਹੋਣਾ ਇੱਥੇ, ਪੇਚਕਸ ਨਾ ਕਰਕੇ ਦੇਖ ਲੈ, ਪੇਚਕਸ ਪਿਆ ਇੱਥੇ ਪਤਲਾ ਉੱਪਰ ਰੱਖਿਆ ਬਸ, ਕਰੈਚ ਤਾਂ ਪੈ ਹੀ ਗਏ ਤੇ ਜਿੰਨੇ ਪੈਣੇ ਸੀ ਵਿਚਾਰੇ ਤੇ ਚੁਬਾਰੇ ਤੇ ਚੁਬਾਰੇ ਤੇ। ਹਾਂ ਦੇਖੋ ਹਾਂ ਦੇਖੋ ਆਹ ਕੁਛ ਬਣ ਡਿਆ, ਇਹਦੇ ਨਾਲ ਚੰਗੀ ਤਰ੍ਹਾਂ ਰਗੜਾਈ ਕਰਕੇ ਨਾ ਫਿਰ ਨਿਕਲੂਗਾ ਸਾਰਾ ਸਿਸਟਮ। ਹਾਂ ਜੀ
ਸਫਾਈ ਸਫੂਈ ਕਰਕੇ ਨਾ ਫਿਰ ਹੋਊਗਾ ਇਹ ਪੇਂਟ, ਇੱਦਾਂ ਨਹੀਂ ਵਧੀਆ ਤਰੀਕੇ ਨਾਲ ਸਫਾਈ ਕਰਾਉਣੀ ਹੈ। ਬਈ ਦੋ ਤਿੰਨ ਕੰਮ ਸੀਗੇ ਅਤੇ ਇੱਕ ਤਾਂ ਸ਼ੋਅ ਆਪਾਂ ਇੱਥੋਂ ਪਿੱਛੇ ਕਰਨੀ ਆ, ਦੂਜਾ ਨਾ ਬੋਲਟ ਰਹਿ ਗਿਆ ਸੀ ਪਾਉਣ ਵਾਲਾ ਇੱਥੇ, ਬੋਲਟ ਪਾਉਣਾ ਆ ਠੀਕ ਹੈ ਬਾਕੀ, ਅਤੇ ਸ਼ੋਅ ਪਿੱਛੇ ਨੂੰ ਟਾਈਟ ਕਰਨ ਜਿੱਦਾਂ ਮੈਂ ਦੱਸ ਹੀ ਦਿੱਤਾ ਤੁਹਾਨੂੰ। ਅਤੇ ਆਪਾਂ ਸੋਚ ਰਹੇ ਹਾਂ ਨਾ ਇੰਟਰਕੂਲਰ ਨੀਵਾਂ ਕਰਾਂਗੇ ਇੱਥੋਂ, ਇਹਨੂੰ ਇੱਥੇ ਕੁ ਤੱਕ ਲੈ ਕੇ ਆਵਾਂਗੇ ਇੰਟਰਕੂਲਰ ਨੂੰ ਠੀਕ ਹੈ। ਇੰਟਰਕੂਲਰ ਨੀਵਾਂ ਕਰਕੇ ਏਅਰ ਫਿਲਟਰ ਵੀ ਥੋੜ੍ਹਾ ਜਿਹਾ ਥੱਲੇ ਮੂਵ ਕਰਾਂਗੇ, ਉਸ ਤੋਂ ਬਾਅਦ ਆਪਣੀ ਐਚ ਆਈ ਡੀ ਲਾਈਟਾਂ ਪੈ ਜਾਣੀਆਂ ਇਹ 'ਚ, ਜਿਹੜੀ ਵੀ ਆਪਾਂ ਮੋਡੀਫਿਕੇਸ਼ਨ ਕਰਨੀ ਆ ਨਾ ਲਾਈਟਾਂ ਦੀ, ਉਹ ਪੈ ਜਾਣੀ ਆ। ਪਰ ਇਹਦੇ ਲਈ ਕਹਿਣਾ ਵੀ ਜਗੜ ਜੰਗ ਬਹੁਤ ਹੋਣੀ, ਜਗੜ ਜੰਗ ਠੀਕ ਹੈ। ਉਹ ਬਾਬਾ ਅੱਧਾ ਤਾਂ ਸਮਾਨ ਹੀ ਨਹੀਂ ਲੱਗਾ ਸੀ ਟਰੈਕਟਰ ਨੂੰ, ਤੁਹਾਨੂੰ ਦਿਖਾਉਣਾ ਸੀਗਾ। ਲਓ ਜੀ ਸ਼ੋਅ ਵਾਲਾ ਕੰਮ ਵੀ ਨਿਬੜ ਗਿਆ, ਆਹੋ ਅਤੇ ਸ਼ੋਅ ਦਾ ਨਿਬੜ ਗਿਆ ਕੰਮ, ਬਸ ਉੱਧਰਲਾ ਮੈਟਰਾਈਟ ਕਰਨ ਵਾਲਾ ਰਹਿ ਗਿਆ ਠੀਕ ਹੈ। ਅਤੇ ਬਾਈ ਕੋਟਿੰਗ ਪਤਾ ਕੀਤੀ ਸੀ ਇਹਦੀ, ਸ਼ੋਅ ਵਗੈਰਾ ਦੀ ਸਾਰੀ 9,000 ਰੁਪਏ ਦਾ ਐਸਟੀਮੇਟ ਦਿੱਤਾ ਬੰਦੇ ਨੇ ਠੀਕ ਹੈ, 8 ਤੋਂ 9,000 ਰੁਪਏ ਦੇ ਵਿੱਚ ਹੋਊਗੀ ਇਹਦਾ। ਅਤੇ ਮੈਂ ਸੋਚਿਆ ਪਹਿਲਾਂ ਸਾਰਾ ਕੰਮ ਨਬੇੜ ਲਈਏ, ਪੇਂਟ ਪੂੰਟ ਵਾਲਾ ਜਿੰਨਾ ਵੀ ਆ ਠੀਕ ਹੈ, ਇੱਕ ਸੀਟ ਚੇਂਜ ਕਰਨੀ ਆ ਆਪਾਂ, ਤੁਹਾਨੂੰ ਮੈਂ ਸ਼ਾਇਦ ਪਿਛਲੇ ਵਲੋਗ 'ਚ ਵੀ ਦੱਸਿਆ ਸੀਗਾ, ਅਤੇ ਆਹ ਇੰਟਰਕੂਲਰ ਵਾਲਾ ਲਾਈਟਾਂ ਲੁਈਟਾਂ ਵਾਲਾ ਸਾਰਾ ਕੰਮ ਨਬੇੜ ਕੇ ਉਸ ਤੋਂ ਬਾਅਦ ਆਪਾਂ ਕੋਟਿੰਗ ਵੱਲ ਹੋਵਾਂਗੇ, ਕਿਉਂਕਿ ਤੁਹਾਨੂੰ ਪਤਾ ਆ ਇਹ ਸਾਰਾ ਕੁਛ ਸਫਾਈ ਦਾ ਹੁੰਦਾ ਆ ਵੀ ਸਫਾਈ ਹੋ ਜੇ ਫਿਰ ਆ। ਅਤੇ ਬਾਕੀ ਹੋ ਗਈ ਸ਼ੋਅ ਸਹੀ, ਇਹਦੇ 'ਚ ਮੈਂ ਤੁਹਾਨੂੰ ਦੱਸਦਾ ਕੀ ਫਰਕ ਹੈ, ਇੱਕ ਤਾਂ ਸਟਿੱਕਰਾਂ ਦੇ ਬਰਾਬਰ ਕਰਨਾ ਹੁੰਦਾ ਆ ਠੀਕ ਹੈ, ਦੂਜਾ ਇੱਥੇ ਗੈਪ ਚਾਹੀਦਾ, ਇੱਥੇ ਸਹੀ ਗੈਪ ਚਾਹੀਦਾ, ਫਿਰ ਸ਼ੋਅ ਟਾਈਟ ਹੁੰਦੀ ਆ ਲਾ ਲਓ ਠੀਕ ਹੈ। ਹਾਂ ਓਕੇ, ਉੱਪਰੋਂ ਵੀ ਗੈਪ ਨਹੀਂ ਆ ਕੋਈ, ਲਓ ਜੀ ਡੰਡਨ ਆ ਡੰਡਨ ਨੇ ਆਉਣਾ ਹੁਣ ਠੀਕ ਹੈ। ਏਕੇ ਦਾ ਪੀ ਡੀ ਵਾਲਾ ਕਵਰ ਪਾਉਣਾ ਆ, ਇਹ ਵੀ ਰਹਿੰਦਾ ਆ, ਵੈਸੇ ਤਾਂ ਚਲੋ ਇਹਦੇ ਕੋਈ ਲੋੜ ਨਹੀਂ ਪਰ ਫਿਰ ਵੀ ਮੈਂ ਕਿਹਾ ਪਾ ਲਈਏ ਸਹੀ ਆ। ਆਹ ਵੀ ਲਿਆਉਣੀ ਆ ਨਵੀਂ ਇੱਕ, ਇਹ ਵੀ ਟੁੱਟ ਗਈ ਸੀਗੀ, ਇਹ ਟੁੱਟ ਨਹੀਂ ਗਈ ਸੀ, ਇਹ ਕਿਸੇ ਚੀਜ਼ 'ਚ ਆ ਗਈ ਸੀ ਪਤਾ ਨਹੀਂ, ਹਨੀ ਇਹਦੇ 'ਚ ਫਸੀ ਸੀ ਕਿਤੇ, ਕਿਤੇ ਫਸੀ ਸੀਗੀ ਤਾਂ ਹੀ ਟੁੱਟੀ ਸੀ ਇਹ, ਐਵੇਂ ਨਹੀਂ ਟੁੱਟਦੀ। ਲਓ ਜੀ ਇੱਕ ਨਟ ਰਹਿ ਗਿਆ ਸੀ ਟਰਬੋ ਦਾ ਲਾਉਣ ਵਾਲਾ, ਉਹ ਵੀ ਲਾ ਦਿੱਤਾ ਜੀ ਆਪਾਂ ਠੀਕ ਹੈ, ਸ਼ੋਅ ਕਰ ਦਈਏ। ਹਾਂ ਕਾਲਾ ਇੱਥੇ ਹੀ ਹੋਣਾ ਕਿਤੇ, ਚਾਹ ਤਾਂ ਪੀਵਾਂਗੇ ਮੰਗਾ ਲਾ, ਉੱਥੇ ਰਿਪੋਰਟ ਆ ਹੌਸਪੈਪ ਵਗੈਰਾ। ਸਰਦਾਰ ਆ ਹੌਸਪੈਪ ਸਲਿੱਪ ਆ ਕਿ ਮੇਰਾ ਹੀ ਵਹਿਮ ਆ, ਉਹ ਹੌਸਪੈਪ ਸਲਿੱਪ ਆ ਕਿ ਮੇਰਾ ਹੀ ਵਹਿਮ ਆ, ਜਿਹੜਾ ਟਰਬੋ ਤੋਂ ਅੱਗੇ ਆ ਦੇਖੀ, ਅੱਛਾ ਲੱਗਿਆ ਹੋਈ ਇੱਦਾਂ ਠੀਕ ਹੈ। ਲਓ ਜੀ ਕੰਮ ਡਨ ਆ ਇੱਧਰ ਦਾ, ਠੀਕ ਹੈ ਮੈਨੂੰ ਕਰੀਬ ਚਾਹੀਦੀ। ਲਓ ਜੀ ਟਰੈਕਟਰ ਦੀ ਤਾਂ ਹੁਣ ਸਾਫ਼ ਸਫਾਈ ਕਰਾਂਗੇ, ਬਾਕੀ ਤੁਹਾਨੂੰ ਦੁਕਾਨ ਦੀ ਅਪਡੇਟ ਦਿੰਦਾ ਹਾਂ। ਹਾਂਜੀ ਅੱਛਾ ਠੀਕ ਹੈ, ਅਤੇ ਇੱਧਰ 1, 2, 3 ਪਰੇ 2, 4, 5 ਇੱਕ ਪੇਟੀ ਦਾ, 2-3 ਪੇਟੀਆਂ ਦਾ ਹੋਰ ਮਾਲ ਵੱਢਣਾ ਮੁੰਡੇ ਨੇ, ਅਤੇ ਇਹ ਚੱਲੀ ਜਾਊਗਾ ਕੰਮ। ਆਪਾਂ ਤੁਹਾਨੂੰ ਹੋਰ ਚੀਜ਼ਾਂ ਦੱਸਦੇ ਹਾਂ ਜਿਹੜੀਆਂ ਆਪਣੇ ਕਮੈਂਟਾਂ 'ਚ ਆਈਆਂ ਹੈ ਨਾ, ਉਹਦੇ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਤੁਹਾਡੇ ਨਾਲ, ਕਿ ਕਿਉਂਕਿ ਲਾਸਟ ਵਾਲੀ ਵੀਡੀਓ 'ਚ ਮੇਰੇ ਹਿਸਾਬ ਨਾਲ ਮੈਂ ਕਮੈਂਟ ਦਾ ਰਿਪਲਾਈ ਕੀਤੇ ਨਹੀਂ ਸੀਗੇ, ਸੋ ਅੱਜ ਕਰਦੇ ਹਾਂ ਆਪਾਂ। ਬਾਬੇ ਮੈਂ ਨਾ ਹੁਣੇ ਦੁਪਹਿਰ ਦੀ ਗੱਲ ਹੈ, ਮੈਂ ਸਾਰੇ ਕਮੈਂਟ ਰੀਡ ਕਰਦਾ ਸੀਗਾ, 2-3 ਲਾਸਟ ਆਪਣੀ ਜਿਹੜੀ 2-3 ਵੀਡੀਓ ਪਾਈਆਂ ਉਹਦੇ, ਕਿ ਬਈਆਂ ਦੇ ਕੀ ਰਿਵਿਊ, ਮਤਲਬ ਕੀ ਅਗਲਿਆਂ ਦੀ ਗੱਲਬਾਤ ਹੈ ਜਾਂ ਕਿਸੇ ਨੂੰ ਲੋੜ ਪੈਂਦੀ ਆ, ਉਹਦੇ ਮੁਤਾਬਕ ਆਪਾਂ ਕਮੈਂਟ ਰੀਡ ਕਰ ਲਿਆ ਸੀ ਮੈਂ। ਅਤੇ ਮੈਂ ਦੇਖਿਆ ਵੀਰੇ ਹੁਣੇ ਸਟਿੱਲ ਹਾਲੀ ਵੀ ਇੱਕ ਇਹ ਚੀਜ਼ ਚੁਲਝੇ ਆ ਕਿ ਵੀਰ ਕਿਹੜੇ ਸਿਸਟਮ ਵਾਸਤੇ ਕਿਹੜਾ ਅਲਟਰਨੇਟਰ ਲੱਗੂਗਾ, ਮੈਂ ਉੱਦਣ ਨਾ ਪਿਛਲੀ ਵੀਡੀਓ ਸਾਰਾ ਕੁਝ ਸਮਝਾਇਆ ਸੀਗਾ ਬਈ ਜੀ, ਫਿਰ ਵੀ ਮੈਂ ਇਸ ਵਾਰੀ ਵੀ ਦੱਸ ਦਿੰਦਾ ਹੈ ਕਿ ਜੇ 2 ਵਾਲਾ ਸੈੱਟ ਹੈ ਭਾਅ ਜੀ 90 ਦਾ ਅਲਟਰਨੇਟਰ, 100 ਦੀ ਬੈਟਰੀ, ਜੇ 4 ਵਾਲਾ ਸੈੱਟ ਆ 120 ਦਾ ਅਲਟਰਨੇਟਰ, ਘੱਟੋ ਘੱਟ 130 ਦੀ ਬੈਟਰੀ ਠੀਕ ਹੈ ਜੀ।
ਤੇ ਜੇ ਤੁਸੀਂ ਉਸ ਤੋਂ ਉੱਪਰ ਜਾਂਦੇ ਆ ਫਿਰ ਤਾਂ ਬਾਬੇ ਉਹ ਇੱਕ ਅਲੱਗ ਲੈਵਲ ਆ ਉਸ ਚੀਜ਼ ਦਾ, ਠੀਕ ਹੈ, ਉਹਦਾ ਕੋਈ ਮਤਲਬ ਲੈਵਲ ਨਹੀਂ ਹੁੰਦਾ ਫਿਰ, ਉਹ ਤਾਂ ਇੱਕ ਕਹਿਣਾ ਦਾ ਵੀ ਅਪਰੰਪਾਰ ਕੰਮ ਆ, ਉਹਦੇ ਵਾਸਤੇ ਡਬਲ ਡਬਲ ਬੈਟਰੀਆਂ, ਡਬਲ ਡਬਲ ਅਲਟਰਨੇਟਰ, ਕਾਫੀ ਕੁਛ ਆ, ਠੀਕ ਹੈ, ਇਹ ਆਪਣੇ 'ਤੇ ਡਿਪੈਂਡ ਕਰਦਾ ਫਿਰ ਸਾਰਾ ਕੁਛ। ਅਤੇ ਫਿਲਹਾਲ ਜਿਹੜੀ ਚੀਜ਼ ਸੀ ਨਾ ਮੇਨ, ਮੈਂ ਆਹੀ ਦੋ ਤਿੰਨ ਚੀਜ਼ ਗੱਲਾਂ ਜੀ ਕਲੀਅਰ ਕਰਤੀ ਹੈ ਤੁਹਾਨੂੰ, ਕਿ ਸਿੰਗਲ ਵੂਫਰ ਵਾਲਾ ਸੈੱਟ ਹੈ ਉੱਤੇ ਤਾਂ ਕੋਈ ਲੋੜ ਨਹੀਂ ਪੈਂਦੀ ਸਪੀਕਰਾਂ ਸਪੂਕਰਾਂ ਦੇ, ਕਿਸੇ ਦੀ ਲੋੜ ਨਹੀਂ ਪੈਂਦੀ, ਠੀਕ ਹੈ। ਡਬਲ ਵਾਲਾ ਆ ਉੱਤੇ 90 ਦਾ ਲਾ ਦਿਉ, 100 ਦੀ ਬੈਟਰੀ ਜਿਹੜੀ ਨਾਲ ਦੀ ਆਏ ਜਾਂ 100 ਦੀ ਵੈਸੇ ਰਖਵਾ ਲਓ ਉਹਦੇ 'ਚ, ਠੀਕ ਹੈ। ਅਤੇ ਜੇ ਹੈਗਾ ਤੁਹਾਡਾ 4 ਵੂਫਰਾਂ ਵਾਲਾ ਅਤੇ ਉਹਦੇ 'ਤੇ ਲਾਓ ਜੀ ਤੁਸੀਂ ਘੱਟੋ ਘੱਟ ਵੀ 120 ਐਂਪੀਅਰ ਦਾ ਸੈੱਟ, ਠੀਕ ਹੈ ਜੀ, ਆਪਣਾ ਅਲਟਰਨੇਟਰ। ਅਤੇ ਹੁਣ ਵੀਰ ਭਰਾਵਾਂ ਦੇ ਆਪਾਂ ਨੂੰ ਕੱਲ੍ਹ ਵਾਲਾ ਵਲੋਗ ਵੇਖ ਕੇ ਮੈਸੇਜ ਫੋਨ ਆਏ ਆ ਵੀ ਹਾਂ ਆਪਾਂ ਨੂੰ ਅਲਟਰਨੇਟਰ ਚਾਹੀਦਾ ਜਾਂ ਕਿੱਦਾਂ ਆ। ਜ਼ਿਆਦਾਤਰ ਫੋਨ ਇਹ ਆਉਂਦਾ ਭਾਅ ਜੀ ਵਾਰੰਟੀ ਦੇ ਦਿਓ ਵੀਰੇ। ਮੈਂ ਅਗੇਨ ਤੁਹਾਨੂੰ ਇੱਕ ਗੱਲ ਕਹੀ ਆ, ਜਿਸ ਚੀਜ਼ ਦੀ ਵਾਰੰਟੀ ਮੈਨੂੰ ਮਿਲੂਗੀ ਡੈਫੀਨੇਟਲੀ ਮੈਂ ਤੁਹਾਨੂੰ ਵਾਰੰਟੀ ਦਊਂਗਾ, ਜਿਹੜੀ ਚੀਜ਼ ਦੀ ਮੈਨੂੰ ਹੀ ਵਾਰੰਟੀ ਨਹੀਂ ਮਿਲਣੀ ਵੀਰੇ ਮੈਂ ਨਹੀਂ ਦੇ ਸਕਦਾ। ਮੈਂ ਕੋਰੀ ਗੱਲ ਕਰਕੇ ਹੀ ਤੁਹਾਡੇ ਨਾਲ ਡੀਲ ਕਰ ਰਿਹਾ ਹਾਂ ਕਿ ਹਾਂ ਜੀ ਭਾਅ ਜੀ ਜਿਹੜਾ ਅਲਟਰਨੇਟਰ ਆਹ ਵਾਲਾ ਹੈ ਇਹਦੀ ਕੋਈ ਗਰੰਟੀ ਨਹੀਂ ਹੈ, ਇਸ ਵਾਲੀ ਦੀ ਗਰੰਟੀ ਹੈ ਜਾਂ ਕਿਹੜੇ ਸਭ ਉੱਪਰ ਦੀ ਗਰੰਟੀ ਮਿਲੂਗੀ ਕਿਹੜੇ ਦੀ ਨਹੀਂ ਮਿਲਦੀ, ਇਹ ਸਾਰਾ ਕੁਛ ਡਿਪੈਂਡ ਇੱਦਾਂ ਹੀ ਕਰਦਾ ਵੀਰੋ। ਇਹ ਨਹੀਂ ਹੈ ਕਿ ਹਾਂ ਮੈਂ ਗਰੰਟੀ ਮੈਨੂੰ ਆ ਨਹੀਂ ਰਹੀ ਮੈਂ ਤੁਹਾਨੂੰ ਗਰੰਟੀ ਦੇਣਾ, ਕਿਉਂਕਿ ਵੀਰੇ ਝੂਠੇ ਪੈਣ ਵਾਲੀ ਗੱਲ ਹੋ ਜਾਂਦੀ ਹੈ। ਜਿਹੜਾ ਇਲੈਕਟ੍ਰਿਕ ਆਈਟਮ ਹੈ ਨਾ ਇਹਦਾ ਕੋਈ ਭਰੋਸਾ ਨਹੀਂ ਭਾਅ ਜੀ, ਇਹ ਅੱਜ ਵਧੀਆ ਚੱਲ ਰਹੀ ਕੱਲ੍ਹ ਨੂੰ ਕੀ ਪਤਾ ਮੋਇਸਚਰ ਫੜ ਕੇ ਜਾਂ ਕੋਈ ਇਹੋ ਜਿਹਾ ਕੋਈ ਤਾਰ ਸ਼ਾਰਟ ਹੋ ਜੇ ਕੁਛ ਹੋ ਜੇ ਜਿਹਦੇ ਕਰਕੇ ਪ੍ਰੋਬਲਮ ਆ ਜੇ। ਕਿਉਂਕਿ ਯਾਰ ਦੇਖੋ ਇਹ ਸਬੱਬੀ ਜੀ ਗੱਲ ਆ, ਹੁਣ ਕਈ ਵੀਰਾਂ ਕੋਲ ਘਰੇ ਜਿੱਦਾਂ ਟਰੈਕਟਰ ਖੜ੍ਹੇ ਹੁੰਦੇ ਚੂਹਾ ਵੜ ਗਿਆ ਬਸ ਉਹਨੇ ਸਾਰਾ ਕੁਛ ਹੀ ਮਲੀਆ ਮੇਟ ਕਰ ਦੇਣਾ ਹੈ, ਠੀਕ ਹੈ, ਉਹਨੇ ਵਾਇਰਿੰਗ ਵੂਇਰਿੰਗ ਏ ਟੂ ਜੈਡ ਸਾਰਾ ਕੁਛ ਸਾੜ ਦੇਣਾ ਆ। ਅਤੇ ਇਹੀ ਚੀਜ਼ ਹੁੰਦੀ ਹੈ ਬਾਬਿਓ, ਇਲੈਕਟ੍ਰੋਨਿਕ ਆਈਟਮ ਦਾ ਕੋਈ ਭਰੋਸਾ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਜਿਹਦੀ ਵਾਰੰਟੀ ਮਿਲੂਗੀ ਉਹਦੀ ਵਾਰੰਟੀ ਤੁਹਾਨੂੰ ਦੇਵਾਂਗੇ, ਠੀਕ ਹੈ, ਜਿਹਦੀ ਨਹੀਂ ਆਏਗੀ ਵੀਰੇ ਉਹਦੀ ਵਾਰੰਟੀ ਕਿਵੇਂ ਦੇ ਦਾਂਗੇ, ਠੀਕ ਹੈ, ਇਹ ਜਿਹੜੀ ਚੀਜ਼ ਆ ਮੇਨ। ਬਾਬਿਓ ਮੈਂ ਹੁਣੇ ਦੇਖਦਾ ਸੀਗਾ ਅਤੇ ਆਹ ਚੀਜ਼ ਸਾਹਮਣੇ ਆਈ, ਬੜੇ ਟਾਈਮ ਦੀਆਂ ਨਾ ਪਿੰਨਾਂ ਇਹ 'ਚ ਪਾ ਕੇ ਰੱਖੀਆਂ ਸੀਗੀਆਂ, ਇਹ ਮੈਂ ਖੋਲ੍ਹ ਕੇ ਰੱਖੀਆਂ ਕਿਉਂਕਿ ਮੇਰੇ ਤੋਂ ਨਾ ਪਿੰਨਾਂ ਖੁੱਲ੍ਹਦੀਆਂ ਨਹੀਂ ਹੈ। ਆਹ ਦੇਖੋ ਇੱਕ ਖੁੱਲ੍ਹੀ ਹੈ ਇੱਕ ਬੰਦ ਹੋ ਗਈ ਹੈ, ਅਤੇ ਇਹ ਇੱਥੇ ਹੀ ਜੰਗ ਫੜਨ ਲੱਗ ਗਈਆਂ, ਇਹਨਾਂ ਨੇ ਥੱਲੇ ਉਹਨੂੰ ਵੀ ਖਰਾਬ ਕਰਨਾ ਆ ਰੋਡ ਨੂੰ ਵੀ, ਸੋ ਆਪਾਂ ਇਹਨਾਂ ਨੂੰ ਖੋਲ੍ਹ ਕੇ ਪਾਸੇ ਕਰਾਉਂਦੇ ਹਾਂ। ਬਾਬਿਓ ਇਹ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਆਪਾਂ ਇਹ 'ਚ ਲਾਈਟਾਂ ਹੁਣ ਕਿਹੜੀਆਂ ਲਾਈਏ, ਠੀਕ ਹੈ, ਕਿਉਂਕਿ ਹੁਣ ਲਾਈਟਾਂ ਬਦਲਣੀਆਂ ਤਾਂ ਹੈਗੀਆਂ ਹੀ ਹੈ, ਅਤੇ ਸੋਚਣਾ ਵੀ ਫਾਰਮ ਟਰੈਕ ਵਾਲੀਆਂ ਲਾਈਏ ਜਾਂ ਕੋਈ ਹੋਰ ਲਾਈਏ, ਠੀਕ ਹੈ, ਮੈਂ ਕਿਹਾ ਨਟ ਵੀ ਕਲੈਕਟ ਕਰ ਲਈਏ। ਇਹ ਪਾਨਾ ਉਹ ਹਾਲੇ ਤਾਂ ਆਹ ਵੀ ਚਾਬੀ ਪਾਨੀ ਰੱਖੇ ਆ, ਵੱਡੇ ਸ਼ੇਰਾ ਸਾਡੇ ਵੀ ਕੰਮ ਵੈਸੇ ਪੁੱਠੇ ਹੀ ਆ। 12 10 10 12 ਇੱਕ ਚੀਜ਼ ਹੋਰ ਆ ਬਾਬੇ, ਜਿੱਦਾਂ ਨਾ ਏਜੰਸੀ ਤੋਂ ਨਟਾਂ ਦੇ ਜਿਹੜੇ ਹੋਲ ਆਉਂਦੇ ਆ ਨਾ, ਜਿੱਦਾਂ ਆਹ ਹੋਲ ਆ ਇਹਦੇ ਉੱਪਰ ਕੈਪ ਲੱਗਿਆ ਹੋਇਆ, ਜਦੋਂ ਕੋਈ ਵੀ ਸਮਾਨ ਲਵਾਉਂਦੇ ਹੋ ਨਾ ਕੈਪ ਸੰਭਾਲ ਲਿਆ ਕਰੋ, ਠੀਕ ਹੈ, ਜਦੋਂ ਸਮਾਨ ਖੁੱਲ੍ਹਦਾ ਆ ਜਾਂ ਮੰਨ ਲਓ ਖੋਲ੍ਹ ਕੇ ਰੱਖੀਦਾ ਆ ਤਾਂ ਫਿਰ ਉਹਦੇ ਉੱਪਰ ਜਿਹੜੀ ਆ ਉਹ ਦੁਬਾਰਾ ਕੈਪ ਲਾ ਦਿਆ ਕਰੋ ਉਹਦੇ ਨਾਲ ਨਾ। ਅਤੇ ਮੈਂ ਬਾਬੇ ਤੁਹਾਨੂੰ ਦੱਸਣ ਡਿਆ ਸੀ ਵੀ ਜਿੱਦਾਂ ਆਪਾਂ ਕੋਈ ਵੀ ਨਟ ਖੋਲ੍ਹਦੇ ਹਾਂ ਨਾ ਕੰਪਨੀ ਵੱਲੋਂ ਉਸ ਨਟ ਦੇ ਉੱਪਰ ਕੈਪ ਹੁੰਦੀ ਆ, ਠੀਕ ਹੈ, ਚੂੜੀਆਂ ਦੇ ਅੰਦਰ ਥਰੈਡ ਵਾਲੇ ਪਾਸੇ, ਅਤੇ ਉਹ ਕੈਪ ਜ਼ਰੂਰ ਸੰਭਾਲ ਲਿਆ ਕਰੋ ਮੇਰੇ ਭਰਾ, ਕਿਉਂਕਿ ਜਦੋਂ ਅਸੀਂ ਕੋਈ ਅਸੈਸਰੀ ਲਾਉਂਦੇ ਹਾਂ ਤਾਂ ਉਹ ਹੀ ਕੱਢ ਦਿੰਦੇ ਹਾਂ, ਫਿਰ ਸੈੱਟ ਵੀ ਦਿੰਦੇ ਫਟਾਫਟ ਵੀ ਯਾਰ ਇਹਦਾ ਕੀ ਕੰਮ ਹੈ ਆਪਣੇ ਕੋਲ, ਹੈ ਨਾ। ਪਰ ਮੇਰੇ ਵੀਰ ਨਾ ਉਹਨੂੰ ਸੰਭਾਲ ਲਿਆ ਕਰੋ ਕਿਉਂਕਿ ਉਹਦਾ ਬਹੁਤ ਕੰਮ ਹੁੰਦਾ ਆ, ਜਦੋਂ ਆਪਾਂ ਅਸੈਸਰੀ ਖੋਲ੍ਹ ਲਈਆਂ ਦੁਬਾਰਾ ਉਸੇ ਜਗ੍ਹਾ 'ਤੇ ਉਹੀ ਕੈਪ ਲਾ ਦਿਆ ਕਰੋ, ਜਿਹਦੇ ਨਾਲ ਆਪਣੀਆਂ ਜਿਹੜੀਆਂ ਥਰੈਡਸ ਆ ਉਹ ਬਚੀਆਂ ਰਹਿੰਦੀਆਂ, ਗਾਰਾ ਗੂਰਾ ਨਹੀਂ ਪੈਂਦਾ ਉਹਨਾਂ 'ਚ, ਠੀਕ ਹੈ, ਅਤੇ ਬਾਕੀ ਇੱਦਾਂ ਹੁੰਦਾ ਕਿ ਗਾਰਾ ਗੂਰਾ ਨਾ ਪੈਣ ਕਰਕੇ ਉਹ ਬਚਿਆ ਰਹਿੰਦਾ, ਕਈ ਵਾਰ ਆਪਾਂ ਬੇਧਿਆਨੇ ਹੋ ਕੇ ਨਾ ਉਹਦੇ 'ਚ ਨਟ ਕੱਸ ਦਿੰਦੇ ਹਾਂ, ਉਹ ਫਿਰ ਥਰੈਡ ਤਾਂ ਵੱਜਦੀਆਂ ਵੱਜਦੇ ਨਾਲ ਹੋਰ ਵੀ ਇਹੀ ਤਹੀ ਹੁੰਦੀ ਹੈ ਸਮਾਨ ਦੀ। ਸੱਚ ਇੱਕ ਕੰਮ ਬਾਬੇ ਹੋਰ ਕਰਨਾ ਸੀ, ਬੜੇ ਦਿਮਾਗ ਦਿਨਾਂ ਦਾ ਦਿਮਾਗ 'ਚ ਖਟਕਦਾ ਸੀਗਾ, ਮੈਂ ਕਿਹਾ ਇਹ ਵੀ ਕਰ ਲਈਏ, ਰੈਚਡ ਉਹੀ ਲੈ, ਸਾਡੇ ਕੋਲ 3 ਰੈਚਡ ਕਿੱਟਾਂ ਆ ਪਰ ਸਮਾਨ ਮਸਾਂ ਇੱਕ ਇੱਕ 'ਚ ਹੀ ਪੂਰਾ ਮਿਲਦਾ ਆ।
ਆਹ 11 ਦੀ ਹੈ, ਕਿੰਨੇ ਦੀ ਹੈ? 11 ਦੀ ਲੱਗਦੀ ਤਾਂ ਨਹੀਂ, ਸ਼ੁਕਰ ਹੈ 11 ਦੀ ਹੈ। ਆਹ ਦੇਖੋ, ਆਹ ਹੁਣ ਰੈਚੜ ਅਤੇ ਗੋਟੀ ਮੈਨੂੰ ਇੱਥੋਂ ਮਿਲ ਗਈ, ਹੁਣ 10 ਦੀ ਨਹੀਂ ਮਿਲੀ ਇਹਦੇ 'ਚ, 10 ਦੀ ਲੱਭਣਾ ਹੀ ਜੰਗ ਹੋ ਜਾਣੀ ਮੇਰੇ ਵਾਸਤੇ। ਮੰਮੀ ਬੰਦ ਵੀ ਇੱਦਾਂ ਕਰਕੇ ਰੱਖ ਦਿੰਦੇ ਆ। ਚੱਲ ਆਹ ਮਿਲ ਗਈ ਰਾਡ, ਠੀਕ ਹੈ ਰਾਡ ਮਿਲ ਗਈ, ਅਤੇ ਹੁਣ ਗੋਟੀ ਲੱਭ ਲਈਏ 10 ਦੀ। ਆਹ ਪਈ ਹੈ ਸ਼ਾਇਦ 9, ਇਹ ਦੇਖੋ 9 ਦੀਆਂ ਦੋ ਦੋ ਗੋਟੀਆਂ ਪਈਆਂ, 12। ਚਲੋ ਬੇੜਾ ਗਰਕ, ਇਹਦੇ 'ਚ ਵੀ ਨਹੀਂ ਹੈਗੀ। ਬੱਲੇ ਸ਼ੇਰਾ, ਆਹ ਆਇਆ ਹੀ ਸਵਾਦ। ਇਸ ਨੂੰ ਆਪਾਂ ਫਿਰ ਇਹਦੇ 'ਚ ਰੱਖ ਦਿੰਦੇ ਹਾਂ ਇੱਕ, ਇਹ ਫਿਰ ਨਾ ਬੰਦਿਆਂ ਨੇ ਥੱਲੇ ਦੱਬ ਕੇ ਰੱਖੀ ਆ ਸਪੈਸ਼ਲੀ, ਕਿ ਬਾਈ ਮਿਲੇ ਨਾ ਕਿਸੇ ਨੂੰ, ਠੀਕ ਹੈ। 11 ਆ ਜਾਂਦਾ ਮੇਰੇ ਨਾਲ ਤੱਕ ਮੋਏ ਮੋਈ ਉਹ ਚੱਲਿਆ ਸੀ, ਇੱਕ ਗੋਟੀ ਥੱਲੇ ਸਿੱਟਤੀ ਆ ਅਤੇ ਜਿਹੜੀ ਚਾਹੀਦੀ ਸੀ ਉਹ ਹੱਥ 'ਚ ਆ ਗਈ ਆ। ਥੱਲੇ ਵਾਲੀ ਕਿੱਥੇ ਗਈ? ਆ ਪਈ। ਆਪਾਂ ਮੋਏ ਮੋਏ ਕਰ ਛੱਡਿਆ ਅੱਧਾ ਕੰਮ, ਤਾਂ ਮੈਂ ਵਧਾ ਤਾ ਫਿਰ। ਲਓ ਜੀ ਇਹਦੇ 'ਤੇ ਲਾ ਕੇ ਚੱਲਦੇ ਹਾਂ ਆਪਾਂ ਗੋਡੀ, ਅਤੇ ਜਿਹੜਾ ਕੰਮ ਆਪਾਂ ਕਰਨਾ ਨਾ ਇਹ ਬਾਹਲਾ ਹੀ ਖੜਕਦਾ ਜਿਹਾ ਰਹਿੰਦਾ ਹੁੰਦਾ ਸੀ ਕਿ ਯਾਰ ਇਹ ਕਰ ਦਈਏ, ਹੈ ਨਾ, ਵੀ ਇਹ ਕਿਉਂ ਛੱਡੀ ਜਾਂਦੇ ਹਾਂ ਆਪਾਂ। ਅਤੇ ਇਹ ਵੈਸੇ ਸ਼ਾਇਦ ਮੈਂ ਕਰਾਂ ਟੈਂਪਰੇਲੀ, ਮਤਲਬ ਥੋੜ੍ਹੇ ਟਾਈਮ ਵਾਸਤੇ, ਫਿਰ ਦੁਬਾਰਾ ਇਹਨੂੰ ਜਿੱਦਾਂ ਦਾ ਹੈਗਾ ਸੀ ਉੱਦਾਂ ਦਾ ਕਰ ਦੇਵਾਂ। ਦੇਖੋ ਹੁਣ ਤੁਸੀਂ ਪਹਿਲਾਂ ਗੈਸ ਕਰੋ ਕਿ ਕੀ ਕਰਾਂਗਾ, ਹੁਣ ਤਾਂ ਤੁਹਾਨੂੰ ਪਤਾ ਲੱਗ ਹੀ ਜਾਣਾ ਆ। ਫਿਟੇ ਮੂੰਹ ਕਰਤੂਤਾਂ ਹੀ ਬਹੁਤ ਕਰਨ ਡੀਆਂ ਗੋਟੀਆਂ। ਚਲੋ ਡਾਨੇ ਆ, 10 ਦੀ ਲੱਗਣੀ ਹੈ। ਲਓ ਜੀ ਇੱਥੋਂ ਆਪਾਂ ਮਿਰਰ ਰਿਮੂਵ ਕਰਨ ਲੱਗੇ ਹਾਂ, ਠੀਕ ਹੈ, ਫਿਰ ਮਿਲਦੇ ਹਾਂ, ਪਹਿਲਾਂ ਕਰ ਲਈਏ ਹੁਣ। ਲਓ ਜੀ ਖੋਲਤਾ ਸ਼ੀਸ਼ਾ, ਠੀਕ ਹੈ, ਅਤੇ ਇਹਦੇ 'ਚ ਨਾ ਲੋਕ ਵਾਲੀ ਢਿਬਰੀ ਹੁੰਦੀ ਹੈ ਬਾਬਿਓ, ਇਹਨੂੰ ਇੱਦਾਂ ਨਾਲ ਹੀ ਰੱਖ ਲਿਆ ਆਪਾਂ, ਕਿਉਂਕਿ ਲੋਕ ਵਾਲੀ ਢਿਬਰੀ ਦਾ ਇਹ ਫਾਇਦਾ ਆਪੇ ਖੁੱਲਦੀ ਨਹੀਂ ਆ, ਵਾਈਬ੍ਰੇਸ਼ਨ ਹੋ ਕੇ ਜਾਂ ਜਿੱਦਾਂ ਘੁੰਮ ਘੁੰਮ ਕੇ ਜਿੱਦਾਂ ਖੁੱਲ ਜਾਂਦੀ ਹੈ ਨਾ ਆਮ, ਠੀਕ ਹੈ, ਇਹ ਖੁੱਲਦੀ ਨਹੀਂ ਆ। ਅਤੇ ਆਪਾਂ ਇਹ ਸਮਾਨ ਉੱਤੇ ਸੰਭਾਲ ਆਈਏ, ਰੱਖ ਆਈਏ ਜਿੱਦਾਂ ਹੈਗਾ ਸੀਗਾ। ਲਓ ਜੀ ਇੱਕ ਗੱਲ ਆ, ਆਪਣੀ ਆਹ ਵਾਲੀ ਦੁਕਾਨ 'ਤੇ ਨਾ ਸੈਰ ਬਹੁਤ ਸੋਹਣੀ ਹੋ ਜਾਂਦੀ ਹੈ, ਕਿਉਂਕਿ ਜੇ ਕੋਈ ਵੀ ਕੰਮ ਕਰਨ ਲੱਗੀ ਵਾਰ ਵਾਰ ਟੂਲ ਲੈ ਕੇ ਆਉਣਾ, ਲੈ ਕੇ ਜਾਣਾ ਅਤੇ ਆਪ ਉੱਤੇ ਥੱਲੇ ਹੋਣਾ ਵਾਰ ਵਾਰ ਪੌੜੀਆਂ ਤੋਂ, ਮੈਂ ਕਹਿੰਦਾ ਸਿਰਾ ਲੱਗ ਜਾਂਦਾ ਸਿਰਾ, ਐਂ ਵਧੀਆ ਸੈਰ ਹੋ ਜਾਂਦੀ, ਜਿੰਮ ਜੁੰਮ ਦੀ ਲੋੜ ਨਹੀਂ, ਇੱਥੇ ਹੀ ਪਟਾਕੇ ਪੈ ਜਾਂਦੇ ਸਾਰੇ। ਆਪਣੀ ਰਾਣੀ ਸੁੰਦਰਾ ਦੇਖੋ ਕਿੱਥੇ ਲਾਈ ਇਹਨਾਂ ਨੇ, ਆ ਲਓ ਜੀ ਆ ਖੜਾ ਆਪਣਾ ਭਲਵਾਨ, ਠੀਕ ਹੈ। ਹੁਣ ਸਪਰੇਅ ਵਾਲੀ ਬੋਟਲ ਜੀ ਮੰਗਾਈ ਆ ਯਾਰ, ਉਹ ਆ ਜੇ ਮੁੰਡੇ ਤੋਂ, ਫਿਰ ਉਹਦੇ ਨਾਲ ਨਾ ਚੰਗੇ ਤਰੀਕੇ ਨਾਲ ਆਪਾਂ ਥੋੜ੍ਹਾ ਟੱਚ ਅਪ ਜਿਹਾ ਕਰ ਦਾਂਗੇ ਇਹਦਾ, ਠੀਕ ਹੈ, ਫਿਰ ਇਹਨੂੰ ਲਾ ਕੇ ਆਵਾਂਗੇ। ਅਤੇ ਯਾਰ ਹਲੇ ਵਲੌਗ ਵੀ ਐਡਿਟ ਕਰਕੇ ਪਾਉਣਾ ਆਪਾਂ, ਅੱਜ ਕੌਲ ਜ਼ਿਆਦਾ ਹੋਣਾ ਆਪਣਾ। ਹਾਂਜੀ ਬਾਬਿਓ, ਸੋ ਬੋਟਲ ਆ ਗਈ ਸੀਗੀ, ਬਸ ਉਹ ਮੈਂ ਕੰਮ ਨਿਬੇੜਾਂਗਾ ਹੁਣ ਥੋੜ੍ਹੀ ਦੇਰ ਤੱਕ, ਠੀਕ ਹੈ। ਅਤੇ ਵਲੌਗ ਦਾ ਮੈਂ ਦੇਖਦਾ ਸੀਗਾ, ਵਲੌਗ ਅੱਜ ਦਾ ਪੂਰਾ ਹੋ ਗਿਆ ਆ, ਸੋ ਮੈਂ ਸੋਚਿਆ ਵੀ ਇਹਨੂੰ ਅਪਲੋਡ ਕਰ ਦਿੰਦੇ, ਫਿਰ ਨਾ ਲੈਂਥੀ ਬਹੁਤ ਹੋ ਜਾਂਦਾ, ਐਡਿਟ ਕਰਨ 'ਚ ਬਹੁਤ ਪ੍ਰੋਬਲਮ ਆਉਂਦੀ ਆ। ਸੋ ਤੁਹਾਨੂੰ ਇਹ ਵਲੌਗ ਜਿਹੜਾ ਆ ਇਹ 'ਚ ਇੰਨਾ ਕੰਮ ਦੇਖ ਗਿਆ, ਹੁਣ ਤੁਹਾਨੂੰ ਬਾਕੀ ਅਗਲੇ ਵਲੌਗ 'ਚ ਮਿਲਾਂਗੇ। ਅਤੇ ਇਸ ਵਲੌਗ 'ਚ 2-3 ਚੀਜ਼ਾਂ ਮੇਰਾ ਭਰਾ ਕਮੈਂਟ ਕਰਕੇ ਜ਼ਰੂਰ ਦੱਸਿਓ ਬਾਬਿਓ, ਪਹਿਲਾਂ ਤਾਂ ਆਪਾਂ ਮੜਗਾਲ 'ਤੇ ਕਿਹੜੀਆਂ ਲਾਈਟਾਂ ਲਾਈਏ, ਦੂਜਾ ਫਰੰਟ ਦੀਆਂ ਲਾਈਟਾਂ ਜਿਹੜੀਆਂ ਇਹਨਾਂ ਨੂੰ ਮੋਡੀਫਾਈ ਕਰੀਏ, ਠੀਕ ਹੈ। ਅਤੇ ਤੀਜਾ ਹੈਗਾ ਆ ਕਿ ਮਿਊਜ਼ਿਕ ਸਿਸਟਮ ਤੋਂ ਰਿਲੇਟਡ, ਠੀਕ ਹੈ, ਕਿ ਕਾਫੀ ਬੰਦਿਆਂ ਦਾ ਮੈਂ ਕਿਹਾ ਵੀ ਚੋਇਸ ਦਿੰਦੇ ਆ ਵੀ ਭਰਾ ਆਪਣਿਆਂ ਤੋਂ ਵੀ ਪੁੱਛੀਏ ਕਿ ਯਾਰ ਕਿ ਆਪਾਂ ਕਿਹੜੇ ਬੂਫਰ ਯੂਜ਼ ਕਰੀਏ, ਠੀਕ ਹੈ। ਸੋ ਇਸ ਚੀਜ਼ ਦਾ, ਇਹ ਤਿੰਨਾਂ ਚੀਜ਼ਾਂ ਦਾ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਣਾ ਆ, ਫਿਰ ਆਪਾਂ ਉਸ ਹਿਸਾਬ ਨਾਲ ਦੇਖਾਂਗੇ
ਜਿਹੜੇ 'ਚ ਜ਼ਿਆਦਾ ਮੈਜੋਰਟੀ ਹੋਏਗੀ ਆਪਾਂ ਉਹੀ ਯੂਜ਼ ਕਰਾਂਗੇ। ਸੋ ਫਿਲਹਾਲ ਇਸ ਵਲੋਗ ਦਾ ਇੱਥੇ ਹੀ ਆਪਾਂ ਐਂਡ ਕਰਦੇ ਹਾਂ ਇਸੇ ਨੋਟ 'ਤੇ, ਠੀਕ ਹੈ। ਮਿਲਾਂਗੇ ਤੁਹਾਨੂੰ ਅਗਲੇ ਵਲੋਗ 'ਚ। ਉਮੀਦ ਕਰਦਾ ਤੁਹਾਨੂੰ ਵਲੋਗ ਵਧੀਆ ਲੱਗਿਆ ਹੋਊਗਾ। ਜੇ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ। ਨਵੇਂ ਬੰਦੇ ਜਿਹੜੇ ਆਏ ਆ ਉਹ ਭਰਾ ਸਬਸਕ੍ਰਾਈਬ ਜ਼ਰੂਰ ਕਰ ਦਿਓ। ਸੋ ਮਿਲਦੇ ਹਾਂ ਤੁਹਾਨੂੰ ਕੱਲ੍ਹ ਨਵੇਂ ਵਲੋਗ ਨਾਲ। The useless but shooting, no one notices the you. It's just me against the world.